ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਪਰਮਾਤਮਾ ਕਰੇ ਸਾਰੇ ਦੋਸਤਾਂ ਮਿੱਤਰਾਂ ਦੇ ਹਾਲ ਚਾਲ ਵਧੀਆ ਹੋਣਗੇ। ਦੋਸਤੋ, ਲੈ ਕੇ ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ। ਅੱਜ ਫਿਰ ਇੱਕ ਇਹੋ ਜਿਹਾ ਕਿੱਸਾ ਜਿਹਦੇ ਵਿੱਚ ਕਿ ਸੁਣ ਕੇ ਲੂੰ ਕੰਡੇ ਖੜੇ ਹੋ ਜਾਣਗੇ। ਤੁਸੀਂ ਆਪ ਸੋਚੋਗੇ ਕਿ ਕਿੱਦਾਂ ਇਸ ਕਿਸੇ ਇਨਸਾਨ ਨੇ ਇੰਨਾ ਵੀ ਥੱਲੇ ਡਿੱਗ ਸਕਦਾ ਕਿ ਇੱਕ ਪੈਸੇ ਵਾਸਤੇ ਪੂਰੇ ਦਾ ਪੂਰਾ ਪਰਿਵਾਰ ਖਤਮ ਕਰਤਾ। ਦੋਸਤੋ, ਪਰਿਵਾਰ ਨੂੰ ਮਰਨ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ, ਉਹਦੇ 'ਤੇ ਥੱਕ ਹੀ ਰਿਹਾ ਅਤੇ ਲੇਕਿਨ ਜਿਹੜੇ ਕਹੀਏ ਜੇ ਕਾਤਲ ਸੀਗੇ ਉਹ ਆਪਦਾ ਆਰਾਮ ਨਾਲ ਬਾਹਰ ਜ਼ਿੰਦਗੀ ਕੱਢਦੇ ਕੱਢਦੇ ਆਪੋ ਆਪਦੇ ਰਾਹੇ ਹੁੰਦੇ ਹੋਏ ਰੱਬ ਦੇ ਕੋਲ ਪਹੁੰਚ ਗਏ, ਪਰਮਾਤਮਾ ਕੋਲ ਪਹੁੰਚ ਗਏ, ਯਾਨੀ ਕਿ ਉਹਨਾਂ ਦੀਆਂ ਮੌਤਾਂ ਹੋ ਗਈਆਂ। ਅਤੇ ਗੱਲ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ 17 ਜੁਲਾਈ 2016 ਨੂੰ। ਹੱਪੜਾ ਯੂਪੀ ਦੇ ਵਿੱਚ ਇੱਕ ਨਹਿਰ ਪੈਂਦੀ ਹੈ, ਇੱਕ ਕਸਬਾ ਹੱਪੜਾ ਦੇ ਵਿੱਚ, ਉੱਥੇ ਇੱਕ ਡੈੱਡ ਬੋਡੀ, ਕੁੜੀ ਦੀ ਡੈੱਡ ਬੋਡੀ ਮਿਲਦੀ ਹੈ। ਦੋਸਤੋ, ਡੈੱਡ ਬੋਡੀ ਮਿਲਣ ਨਾਲ, ਕਿਉਂਕਿ ਉੱਥੇ ਕਦੇ ਇੱਦਾਂ ਦਾ ਕੁਛ ਮਿਲਿਆ ਨਹੀਂ ਸੀਗਾ, ਡੈੱਡ ਬੋਡੀ ਮਿਲਣ ਨਾਲ ਉੱਥੇ ਬੜਾ ਮਤਲਬ ਕਿ ਮਾਹੌਲ ਇੱਦਾਂ ਦਾ ਹੋ ਜਾਂਦਾ ਕਿ ਕਿਹਦੀ ਕੁੜੀ ਹੋਊਗੀ। ਦੋਸਤੋ, ਲੱਭਦੇ ਲਭਾਉਂਦੇ ਕੁੜੀ ਦੇ ਨਾਲ ਉੱਥੇ ਇੱਕ ਸੈਂਟਰੋਂ ਗੱਡੀ ਮਿਲਦੀ ਹੈ, ਜਿਸਦੇ ਵਿੱਚੋਂ ਸਿਵਾਏ ਪਤੇ ਤੋਂ ਹੋਰ ਕੁਛ ਨਹੀਂ ਮਿਲਦਾ। ਦੋਸਤੋ, ਪਤਾ ਕਿੱਥੇ ਦਾ ਮਿਲਦਾ? ਆਪਣੀ ਕਹਾਣੀ ਹੈ ਜਿਹੜੀ, ਇਹਦੇ ਮੁੱਖ ਕਿਰਦਾਰ ਨੇ 6 ਪਾਤਰ ਦੋਸਤੋ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੈਗੇ ਨੇ ਵੇਦ ਪ੍ਰਕਾਸ਼, ਜਿਹਦੇ ਕਿ ਮੇਨ ਕਹਾਣੀ ਉਹਨਾਂ ਤੋਂ ਸ਼ੁਰੂ ਹੁੰਦੀ ਹੈ। ਵੇਦ ਪ੍ਰਕਾਸ਼ ਤੋਂ ਬਾਅਦ ਉਹਨਾਂ ਦੀ ਬੇਟੀ ਨੈਣਾ, ਉਹਨਾਂ ਦਾ ਬੇਟਾ ਜਿਹਨੂੰ ਕਹਿ ਦਈਏ ਸ਼ੁਭਮ, ਅਤੇ ਉਹਨਾਂ ਦਾ ਬੇਟਾ ਅੱਗੇ ਉਹਨਾਂ ਦੀ ਵਾਈਫ ਆ ਜਿਹੜੀ ਸਾਧਨਾ, ਅਤੇ ਉਹਨਾਂ ਦਾ ਇੱਕ ਦੋਸਤ ਰਤੇਸ਼ ਕਟਿਆਰ ਅਤੇ ਇੱਕ ਅਭਿਸ਼ੇਕ। ਦੋਸਤੋ, ਜਿਹੜਾ ਸੀਗਾ ਦਿਨੇਸ਼, ਸੋਰੀ ਜੇ ਆਪਾਂ ਗੱਲ ਕਰੀਏ, ਕੁੜੀ ਮਿਲਦੀ ਹੈ ਜਦ ਉੱਥੇ, ਕੁੜੀ ਮਿਲਣ ਨਾਲ ਬੜਾ ਉੱਥੇ ਹਾਹਾਕਾਰ ਮੱਚਦਾ ਹੈ। ਤਾਂ ਦੋਸਤੋ, ਪੁਲਿਸ ਕੁੜੀ ਦਾ ਸ਼ਵ ਮਿਲਣ ਦੇ ਨਾਲ ਨਾਲ ਉਹਦਾ ਐਡਰੈਸ ਲੱਭ ਕੇ, ਦਿੱਲੀ ਦਾ ਐਡਰੈਸ ਮਿਲ ਜਾਂਦਾ, ਟੁੱਟ ਭੜੱਤੇ ਦੇ ਵਿੱਚ ਕੱਚੀ ਜੀ ਇਹਨੂੰ ਕਹਿ ਦਈਏ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਿਸ ਪਹੁੰਚ ਜਾਂਦੀ ਹੈ ਦਿੱਲੀ ਉਹਨਾਂ ਦੇ ਐਡਰੈਸ 'ਤੇ। ਐਡਰੈਸ ਦੇ ਉੱਤੇ ਕੋਈ ਵੀ ਨਹੀਂ ਮਿਲਦਾ, ਘਰ ਖਾਲੀ ਹੁੰਦਾ, ਤਾਂ ਆਉਂਦੇ ਸਾਰ ਪੁਲਿਸ ਵਾਲੇ ਜਿਹੜਾ ਕੋਰਟ ਦੇ ਵਿੱਚ ਕੇਸ ਪਾਉਂਦੇ ਨੇ ਕਿ ਜਿਹੜਾ ਇਹ ਕੁੜੀ ਨੂੰ ਮਤਲਬ ਕਿ ਇਹਦੇ ਘਰਦਿਆਂ ਨੇ ਮਾਰਿਆ, ਇਹ ਕਿਤੇ ਹੋਰ ਕਿਸੇ ਨੂੰ ਵਿਆਹ ਕਰਦੀ ਸੀਗੀ, ਪਿਆਰ ਕਰਦੀ ਸੀ, ਕਿਸੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀਗੀ, ਅਤੇ ਇਹਨੂੰ ਮਾਰਿਆ, ਯਾਨੀ ਕਿ ਮਤਲਬ ਕਿ ਉਹ ਹੋਰਨਰ ਕਹੀਏ ਕਿਲਿੰਗ ਦਾ ਮਾਮਲਾ ਬਣਾ ਕੇ, ਹੋਰਨਰ ਕਿਲਿੰਗ ਦਾ ਮਾਮਲਾ ਬਣਾ ਕੇ ਕੇਸ ਆ ਜਿਹੜਾ ਕਲੋਜ਼ ਕਰਤਾ। ਅਤੇ ਦੋਸਤੋ, ਕੇਸ ਕਲੋਜ਼ ਹੋ ਜਾਂਦਾ, ਕਿਸੇ ਨੂੰ ਕੁਛ ਨਹੀਂ ਹੁੰਦਾ। ਅਚਾਨਕ ਜੇ ਗੱਲ ਕਰੀਏ ਤਾਂ ਕੋਈ 2 ਸਾਲ ਬਾਅਦ ਇੱਕ ਘਟਨਾ ਹੁੰਦੀ ਹੈ। ਘਟਨਾ ਕੀ ਹੁੰਦੀ ਹੈ ਦੋਸਤੋ? ਉਸ ਘਟਨਾ ਨੇ ਬੜੇ ਬੜੇ ਪੋਲ ਖੋਲ੍ਹ ਕੇ ਰੱਖਤੇ। ਔਰ ਜਦ ਉਹ ਘਟਨਾ ਹੁੰਦੀ ਹੈ ਦੋਸਤੋ, ਘਟਨਾ ਕਿਹਦੇ ਤੋਂ ਹੁੰਦੀ ਹੈ? ਇੱਕ ਮੁੰਡਾ ਹੁੰਦਾ ਜਿਹੜਾ ਕਿ ਮੈਂ ਤੁਹਾਨੂੰ ਨਾਮ ਲਿਤਾ, ਜਿਹਦੇ ਵਿੱਚ ਅਭਿਸ਼ੇਕ ਦਾ ਦੋਸਤ, ਜਿਹਨੂੰ ਕਹੀਏ ਕਿ ਉਸ ਇਹਨਾਂ ਦਾ 3-4 ਦੋਸਤਾਂ ਨਾਲ ਬੈਠਦਾ ਉੱਠਦਾ ਹੁੰਦਾ, ਜਿਹਦੇ ਵਿੱਚੋਂ ਉਹ ਵੇਦ ਪ੍ਰਕਾਸ਼ ਨਾਲ ਵੀ ਉੱਠਦਾ ਬੈਠਦਾ। ਅਤੇ ਦੋਸਤੋ, ਉਹਦਾ ਨਾਂ ਹੁੰਦਾ ਮਨੋਹਰ। ਔਰ ਮਨੋਹਰ ਜੇ ਗੱਲ ਕਰੀਏ ਤੱਤ ਭੜੱਤੇ ਦੇ ਵਿੱਚ ਫੁਕਰੀ ਮਾਰ ਦਿੰਦਾ ਕਿ 2 ਸਾਲ ਪਹਿਲਾਂ ਅਸੀਂ ਇੱਕ ਪਰਿਵਾਰ ਦੇ ਮੈਂਬਰ ਮਾਰੇ ਸੀਗੇ, ਸਾਰੇ ਮੈਂਬਰ ਕਤਲ ਕਰਤੇ ਸੀਗੇ, ਪੁਲਿਸ ਨੂੰ ਕੱਖ ਨਹੀਂ ਪਤਾ ਲੱਗਿਆ। ਦੋਸਤੋ, ਫੁਕਰੀ ਤਾਂ ਮਾਰ ਦਿੰਦਾ, ਪਰ ਉਹਦੀ ਫੁਕਰੀ ਇਹ ਗੱਲ ਹੌਲੀ ਹੌਲੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਮੁਖਬਰਾਂ ਤੱਕ ਪਹੁੰਚਦੇ ਪਹੁੰਚਦੇ ਉਹ ਪਹੁੰਚ ਜਾਂਦੀ ਹੈ ਯੂਪੀ ਦੇ CI ਸਟਾਫ ਕੋਲ। ਯੂਪੀ ਦਾ CI ਸਟਾਫ ਉਹਨੂੰ ਚੱਕ ਲੈਂਦਾ, ਚੱਕ ਕੇ ਉਹਨੂੰ ਪੁੱਛ ਗਿੱਛ ਕਰਦੇ ਨੇ ਕਿ ਹਾਂ ਵੀ ਤੂੰ ਕਿੱਥੇ ਪਰਿਵਾਰ, ਇੱਕ ਪਰਿਵਾਰ ਦੇ ਸਾਰੇ ਮੈਂਬਰ ਮਾਰੇ ਸੀਗੇ। ਤਾਂ ਦੋਸਤੋ, ਪਹਿਲਾਂ ਤਾਂ ਉਹ ਦੱਸਦਾ ਨਹੀਂ ਹੈਗਾ, ਲੇਕਿਨ ਬਾਅਦ ਦੇ ਵਿੱਚ ਉਹ ਦੱਸਦਾ ਕਿ ਮੈਂ ਤਾਂ ਸਿਰਫ ਹੈਲਪ ਕੀਤੀ ਸੀਗੀ, ਜਿਹੜਾ ਮੇਨ ਮਾਰਨ ਵਾਲਾ ਸੀਗਾ ਉਹ ਅਭਿਸ਼ੇਕ ਸੀਗਾ, ਅਤੇ ਰਤੇਸ਼ ਦੇ ਕਹੇ ਤੋਂ ਸਾਰਾ ਕੁਛ ਕੀਤਾ ਸੀਗਾ। ਦੋਸਤੋ, ਅਭਿਸ਼ੇਕ ਨੂੰ ਚੱਕ ਲੈਂਦੇ ਨੇ। ਅਚਾਨਕ ਕੀ ਹੁੰਦਾ ਕਿ ਅਭਿਸ਼ੇਕ ਇਸ ਚੱਕਰ ਦੇ ਵਿੱਚ, ਹਜੇ ਉਹਦਾ ਨਾਮ ਆਇਆ ਹੁੰਦਾ, ਅਤੇ ਅਭਿਸ਼ੇਕ ਦਾ ਐਕਸੀਡੈਂਟ ਦੇ ਵਿੱਚ ਜੇ ਗੱਲ ਕਰੀਏ ਤਾਂ ਉਹਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ।
ਤੇ ਸੋਰੀ ਮਨੋਜ ਨੇ ਦੋਸਤੋ ਇਹ ਜਿਹੜੀ ਫੁਕਰਪਣੇ ਦੇ ਵਿੱਚ ਮਾਰੀ ਸੀਗੀ ਗੱਲ ਮਨੋਜ ਬਾਬਲਾ ਨੇ, ਮਨੋਜ ਬਾਬਲਾ ਇਹ ਫੁਕਰੀ ਮਾਰਦਾ ਔਰ ਅਭਿਸ਼ੇਕ ਤੇ ਜਦ ਸੱਕ ਜਾਂਦਾ ਹੈ ਦੋਸਤੋ, ਅਭਿਸ਼ੇਕ ਦੀ ਇੱਕ ਸੜਕ ਘਟਨਾ ਦੌਰਾਨ ਜੇ ਗੱਲ ਕਰੀਏ ਤੇ ਇੱਕ ਮਤਲਬ ਕਿ ਸੁਗੰਧਿਤ ਮੌਤ ਹੋ ਜਾਂਦੀ ਹੈ, ਪਤਾ ਨਹੀਂ ਲੱਗਦਾ ਕਿਹਨੇ ਮਾਰਿਆ ਕਿਹਨੇ ਨਹੀਂ। ਦੋਸਤੋ ਪੁਲਿਸ ਨੂੰ ਪਤਾ ਜ਼ਰੂਰ ਸੀਗਾ, ਪੁਲਿਸ ਹੜਦੀ ਕਦੇ ਨਹੀਂ ਹੁੰਦੀ, ਅਤੇ ਪੁਲਿਸ ਨੇ ਫਿਰ ਚੰਗਾ ਡੰਡਾ ਵਾਹ ਕੇ ਫਿਰਦੇ ਤੁਰਦੇ ਲੱਭ ਕੇ ਕਰਕੇ ਅਖੀਰ ਨੂੰ ਜਿਹੜਾ ਮਾਸਟਰ ਮਾਈਂਡ ਰਤੇਸ਼ ਸੀਗਾ ਉਹਨੂੰ ਚੱਕ ਲਿਆ। ਪਹਿਲਾਂ ਮੈਂ ਰਤੇਸ਼ ਕੁਛ ਨਹੀਂ ਮੰਨਿਆ, ਲੇਕਿਨ ਦੋਸਤੋ ਜਦ ਰਤੇਸ਼ ਦੇ ਪੂਰਾ ਡੰਡਾ ਫੇਰਿਆ ਤਾਂ ਰਤੇਸ਼ ਨੇ ਦੱਸਿਆ ਕਿ ਜਿਹੜਾ ਵੇਦ ਪ੍ਰਕਾਸ਼ ਸੀਗਾ ਮੈਂ ਇਹਦੇ ਕੋਲ ਕੰਮ ਕਰਦਾ ਸੀਗਾ, ਕੰਮ ਕਰਦੇ ਕਰਦੇ ਮੈਂ ਆਪਣਾ ਕੰਮ ਤੋੜਨਾ ਸੀਗਾ, ਮੈਨੂੰ 9 ਲੱਖ ਰੁਪਈਆ ਸੀਗਾ ਜਿਹੜਾ ਚਾਹੀਦਾ ਸੀਗਾ, ਜਿਹਦੇ ਨਾਲ ਕਿ 9 ਲੱਖ ਨਾਲ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਸੀਗਾ। ਹੁਣ ਦੋਸਤੋ ਚਾਹੇ ਉਹ ਬੰਦੇ ਨੇ ਦੱਸਿਆ, ਚਾਹੇ ਉਹਦਾ ਕੋਈ ਦੋਸਤ ਫੜਿਆ ਗਿਆ ਉਹਨੇ ਦੱਸਿਆ, ਜਿਹੜੀ ਸਾਰੀ ਸਟੋਰੀ ਹੈ ਆਪਾਂ ਵੀ ਨੈੱਟ ਤੋਂ ਪੜ੍ਹੀ ਹੈ ਅਤੇ ਹੋਰ ਸਾਰੀ ਸਟੱਡੀ ਕਰਕੇ ਫਿਰ ਪਾਈ ਹੈ। ਅਤੇ ਦੋਸਤੋ ਜਦ ਉਹ ਸਾਰੀ ਪੁਲਿਸ ਦੇ ਕੋਲ ਮੰਨਦਾ, ਉਸ ਤੋਂ ਬਾਅਦ ਉਹ ਤੋਂ ਪੁੱਛਿਆ ਜਾਂਦਾ ਕਿ ਤੇ ਕਿਉਂ ਮਾਰਿਆ, ਕਿਵੇਂ ਸਾਰੇ ਪਰਿਵਾਰ ਨੂੰ ਮਾਰਿਆ, ਕਿਉਂਕਿ ਇੰਨੇ ਟਾਈਮ ਅਸੀਂ ਪੁਲਿਸ ਤਾਂ ਇਹੀ ਮਤਲਬ ਕਿ ਕੋਰਟ ਵੀ ਇਹੀ ਸਮਝਦਾ ਰਿਹਾ ਕਿ ਇਹ ਓਨਰ ਕਿਲਿੰਗ ਦਾ ਮਾਮਲਾ, ਘਰਦਿਆਂ ਨੇ ਆਪਣੀ ਬੇਟੀ ਨੂੰ ਮਾਰ ਕੇ ਨਹਿਰ 'ਚ ਸਿੱਟਤਾ। ਤਾਂ ਦੋਸਤੋ ਦੱਸਦਾ ਕਿ ਜਿਹੜਾ 9 ਲੱਖ ਰੁਪਈਆ ਲਿੱਤਾ ਸੀਗਾ ਮੈਂ ਪਰ ਮਹੀਨੇ ਦੇ ਹਿਸਾਬ ਨਾਲ ਕਿਸ਼ਤ ਦੇਣੀ ਸੀਗੀ ਵੇਦ ਪ੍ਰਕਾਸ਼ ਨੂੰ। ਹੁਣ ਵੇਦ ਪ੍ਰਕਾਸ਼ ਨੂੰ ਪਹਿਲਾਂ ਉਹ ਕਿਸ਼ਤ ਦੇ ਰਿਹਾ ਸੀਗਾ, ਬੜੀ ਵਧੀਆ ਕਿਸ਼ਤ ਚੱਲਦੀ ਸੀਗੀ, ਦੋਹਾਂ ਦਾ ਬੜਾ ਵਧੀਆ ਤਾਲਮੇਲ ਹੋਇਆ। ਉਸ ਤੋਂ ਬਾਅਦ ਦੋਸਤੋ ਜਿਹੜਾ ਸ਼ੁਭਮ ਹੈ ਉਹਦੇ ਨਾਲ ਵੀ ਉਹਨਾਂ ਦੀ ਗੱਲਬਾਤ ਵਧੀਆ ਬਣਦੀ ਸੀਗੀ, ਰਤੇਸ਼ ਦੀ ਅਤੇ ਅਭਿਸ਼ੇਕ ਦੀ, ਔਰ ਅਭਿਸ਼ੇਕ ਉਹਨਾਂ ਦੀ ਬੇਟੀ ਨੂੰ ਨੈਣਾ ਨੂੰ ਗੱਡੀ ਵੀ ਸਿਖਾਉਂਦਾ ਸੀਗਾ। ਦੋਸਤੋ ਸਾਰਾ ਕੁਛ ਇਹ ਵਧੀਆ ਚੱਲ ਰਿਹਾ ਸੀਗਾ। ਰਤੇਸ਼ ਜਿਹੜਾ ਕਟਿਆਰ ਸੀਗਾ ਉਹਨੇ 9 ਲੱਖ ਰੁਪਏ ਦਾ ਲੋਨ ਸੀਗਾ ਜਿਹੜਾ ਵੇਦ ਪ੍ਰਕਾਸ਼ ਤੋਂ ਲੈ ਲਿਆ। ਵੇਦ ਪ੍ਰਕਾਸ਼ ਤੋਂ ਲੋਨ ਲੈ ਕੇ ਦੋਸਤੋ ਉਸ ਇਨਸਾਨ ਨੇ ਹੌਲੀ ਹੌਲੀ ਜਦ ਉਹਨੂੰ ਲੱਗਿਆ ਕਿ ਮੈਂ ਲੋਨ ਦਿੰਦਾ ਦਿੰਦਾ ਔਖਾ ਹੋ ਰਿਹਾ ਤਾਂ ਦਿਲ 'ਚ ਬੇਈਮਾਨੀ ਆਉਣ ਲੱਗ ਗਈ। ਉਹਨੇ ਗੱਲ ਕੀਤੀ ਅਭਿਸ਼ੇਕ ਨਾਲ, ਕਿਉਂਕਿ ਜ਼ਿੰਮੇਵਾਰੀ ਅਭਿਸ਼ੇਕ ਦੀ ਸੀਗੀ ਵਿੱਚ ਦਿੱਤੀ ਹੋਈ। ਹੁਣ ਅਭਿਸ਼ੇਕ ਦੇ ਵੀ ਡੰਡਾ ਚੜ੍ਹਨ ਲੱਗ ਗਿਆ ਜਿਹੜਾ ਵੇਦ ਪ੍ਰਕਾਸ਼ ਸੀ, ਉਹ ਅਭਿਸ਼ੇਕ ਨੂੰ ਕਹਿਣ ਲੱਗ ਗਿਆ ਕਿ ਮੇਰੀ ਪੇਮੈਂਟ ਵਾਪਸ ਕਰਾ ਜਾਂ ਮੈਨੂੰ ਕਿਸ਼ਤ ਦਵਾ। ਤਾਂ ਦੋਸਤੋ ਸਕੀਮ ਬਣਾਈ ਗਈ ਦੋਹਾਂ ਦੋਸਤਾਂ ਨੇ ਕਿ ਜਿਹੜਾ ਆਪਾਂ ਵੇਦ ਪ੍ਰਕਾਸ਼ ਹੈ ਉਹਦਾ ਕੰਮ ਹੀ ਤਮਾਮ ਕਰ ਦਿੰਦੇ ਹਾਂ, ਉਹਨੂੰ ਮਾਰ ਦਿੰਦੇ ਹਾਂ। ਦੋਸਤੋ ਇੱਕ ਦੋਸਤੋ ਜਿਹੜਾ ਇਹਨਾਂ ਦਾ ਨਾਲ ਹੋਰ ਜਿਹਨੂੰ ਨਾਲ ਲੈਂਦੇ ਨੇ ਮਨੋਜ ਬਾਬਲਾ, ਅਤੇ ਇੱਕ ਇਹਨਾਂ ਦਾ ਮਿੱਤਰ ਹੋਰ ਜਿਹਦੀ ਡੈਥ ਹੋ ਗਈ ਹੁੰਦੀ ਆ, ਹੋਰ 4 ਜਣੇ ਇਕੱਠੇ ਹੁੰਦੇ ਨੇ ਇਹ। ਇਕੱਠੇ ਹੋ ਕੇ ਦੋਸਤੋ ਇਹ ਉਹਨੂੰ ਜਿਹੜਾ ਵੇਦ ਪ੍ਰਕਾਸ਼ ਹੁੰਦਾ ਉਹਨੂੰ ਕਹਿੰਦੇ ਨੇ ਕਿ ਜਿਹੜਾ ਤੇਰਾ ਬੇਟੇ ਦੀ ਗੱਡੀ ਹੈ ਸ਼ੁਭਮ ਦੀ, ਉਹਦੇ ਟਾਇਰ ਨੇ ਜਿਹੜੇ ਚੇਂਜ ਕਰਾਏ ਨੇ, ਉਹ ਇੱਕ ਵਾਰ ਤੂੰ ਟਾਇਰ ਨੇ ਜਿਹੜੇ ਆ ਕੇ ਚੈੱਕ ਕਰ ਲਾ, ਵੀ ਉਹ ਕੰਪਨੀ ਵਾਲੇ ਕਹਿੰਦੇ ਨੇ ਬਾਅਦ 'ਚ ਨਹੀਂ ਉਹ ਉਹਨਾਂ ਨੇ ਮਤਲਬ ਕਿ ਮੋੜਨੇ ਹੈਗੇ। ਦੋਸਤੋ ਟਾਇਰ ਦੇਖਣ ਦੇ ਬਹਾਨੇ ਉੱਥੇ ਜਾ ਰਿਹਾ ਹੁੰਦਾ, ਉਹਦੇ ਮਨ 'ਚ ਇੱਤੇ ਵੀ ਨਹੀਂ ਹੁੰਦਾ ਕਿ ਉਹਦੇ ਨਾਲ ਜਿਹੜਾ ਰਤੇਸ਼ ਜਾਂ ਅਭਿਸ਼ੇਕ ਇੱਦਾਂ ਦਾ ਕੁਛ ਕਰਨਗੇ। ਉਹਦੇ ਨਾਲ ਉਹਦੀ ਗੱਡੀ 'ਚ ਬੈਠ ਕੇ ਜਾਂਦਾ ਦੋਸਤੋ, ਜਾ ਕੇ ਹਜੇ ਮਤਲਬ ਗੱਡੀ 'ਚ ਬੈਠਾ ਹੁੰਦਾ, ਉਤਰਨਾ ਹੁੰਦਾ, ਅਤੇ ਪਿੱਛੋਂ ਦੀ ਜਿਹੜਾ ਅਭਿਸ਼ੇਕ ਹੁੰਦਾ ਉਹ ਕਲੱਚ ਵਾਲੀ ਵਹਿਰ ਪਾ ਕੇ ਉਹਦੇ ਗਲ ਦੇ ਵਿੱਚ ਉਹਨੂੰ ਘੁੱਟਣਾ ਸ਼ੁਰੂ ਕਰ ਦਿੰਦੇ ਨੇ, ਅਤੇ ਜਦ ਤੱਕ ਉਹਦੇ ਸਾਹ ਨਹੀਂ ਬੰਦ ਹੁੰਦੇ ਉਹ ਮਰਦਾ ਨਹੀਂ ਹੈਗਾ ਦੋਸਤੋ, ਉਹ ਉਹਨੂੰ ਸੜਦੇ ਨਹੀਂ ਹੈਗੇ। ਉਹਨੂੰ ਉੱਥੇ ਮਾਰ ਕੇ ਸਿੱਟ ਕੇ ਸਾਈਡ ਦੇ ਉੱਤੇ ਗੱਡੀ ਦੇ ਵਿੱਚ ਸਿੱਟ ਲੈਂਦੇ ਨੇ ਦੋਸਤੋ, ਅਤੇ ਫਿਰ ਉਹ ਸੋਚਦੇ ਨੇ ਕਿ ਯਾਰ ਹੁਣ ਸ਼ਾਮ ਹੋ ਗਈ, ਇਹ ਘਰੇ ਜਾਊਗਾ, ਘਰੇ ਜਾ ਕੇ ਪਰਿਵਾਰ ਆ ਜਿਹੜਾ ਇਹਨੂੰ ਫਾਇੰਡ ਕਰੂਗਾ, ਇਹਨੂੰ ਲੱਭੂਗਾ। ਤਾਂ ਦੋਸਤੋ ਪਰਿਵਾਰ ਨੂੰ ਉਹਨਾਂ ਨੇ ਕਿਹਾ ਕਿ ਸਾਰੇ ਪਰਿਵਾਰ ਨੂੰ ਇੱਕ ਮਤਲਬ ਕਿ ਸਿਰੇ ਲਾਈਏ। ਹੁਣ ਕੀ ਹੋਇਆ ਉਹਦੇ ਵਿੱਚ ਦੋਸਤੋ, ਉਹ ਜਾ ਕੇ ਉਹਨਾਂ ਨੇ ਉਹਦੇ ਬੇਟੇ ਨੂੰ ਕਿਹਾ ਕਿ ਜੇ ਵੀ ਪਹਿਲਾਂ ਉਹਦੀ ਵਾਈਫ ਨੂੰ ਕਿਹਾ ਕਿ ਤੂੰ ਆ ਜਾ, ਉਹ ਤੁਹਾਡੇ ਘਰ ਦਾ ਉਹਦਾ ਐਕਸੀਡੈਂਟ ਹੋਇਆ ਜਿਹੜਾ ਤੇਰਾ ਹਸਬੈਂਡ ਆ, ਸਾਧਨਾ ਨੂੰ ਕਿਹਾ ਵੇਦ ਪ੍ਰਕਾਸ਼ ਦਾ। ਤਾਂ ਵੇਦ ਪ੍ਰਕਾਸ਼ ਅਭਿਸ਼ੇਕ 'ਤੇ ਭਰੋਸਾ ਕਰਦੀ ਸੀ, ਉਹਦੇ ਨਾਲ ਚਲੀ ਗਈ ਗੱਡੀ 'ਚ ਬੈਠੀ ਦਾ ਸੇਮ ਐਜ਼ ਉਹਦਾ ਵੀ ਗਲ ਉੱਖਣੇ ਘੁੱਟ ਕੇ ਉਹਨੂੰ ਮਾਰਤਾ ਦੋਸਤੋ। ਇੱਦਾਂ ਹੀ ਕੁੜੀ ਨੂੰ ਗੱਡੀ ਸਿਖਾਉਂਦਾ ਸੀਗਾ, ਉਹਦਾ ਵੀ ਗਲ ਘੁੱਟ ਕੇ ਮਾਰਤਾ, ਅਤੇ ਉਹਨਾਂ ਦੇ ਬੇਟੇ ਨੂੰ ਜਿਹੜਾ ਸੀਗਾ ਉਹਨਾਂ ਦਾ ਬੇਟਾ, ਉਹਨੂੰ ਵੀ ਕਿਸੇ ਕੰਮ ਨੂੰ ਮਤਲਬ ਕਿ ਨਾਲ ਬੁਲਾ ਲਿਆ ਕਿ ਸੁਣ ਤੂੰ ਮੇਰੇ ਨਾਲ ਆ ਜਾ, ਕੰਮ ਜਾ ਗੱਡੀ 'ਚ ਜਾਣਾ, ਉਹਨੂੰ ਬੁਲਾ ਕੇ ਵੀ ਦੋਸਤੋ ਨਾਲ ਖਤਮ ਕਰਤਾ।
ਔਰ ਇੰਨੀ ਸਾਫ ਸੁਥਰਾ ਕੰਮ ਕੀਤਾ, ਮਤਲਬ ਕਿ ਇੰਨਾ ਤਰੀਕੇ ਨਾਲ ਆਪਣੀ ਜਾਨ 'ਚ ਕੀਤਾ ਕਿ ਦੋਸਤੋ ਇਹਨਾਂ ਨੇ ਸਾਰੀਆਂ ਜਿਹੜੀਆਂ ਡੈਡ ਬੋਡੀਜ਼ ਨੇ ਪਹਿਲਾਂ ਉਹਨਾਂ ਨੂੰ ਚੰਗੀ ਪਹਿਲਾਂ ਬਾਹਰ ਸਿੱਟ ਗਏ ਸੀਗੇ ਇੱਕ ਸਕੂਲ ਦੇ ਵਿੱਚ ਜਿੱਥੇ ਕਿ ਜਿਹੜਾ ਸਕੂਲ ਖਾਲੀ ਪਿਆ ਰਹਿੰਦਾ ਸੀਗਾ। ਫਿਰ ਇਹਨਾਂ ਨੇ ਸੋਚਿਆ ਕਿ ਉੱਥੋਂ ਤਾਂ ਲੋਕਾਂ ਨੂੰ ਲੰਘਦੇ ਵੜਦੇ ਨੂੰ ਪਤਾ ਲੱਗ ਜੂਗਾ। ਫਿਰ ਇਹ ਦੁਬਾਰਾ ਗੱਡੀ ਲੈ ਕੇ ਉਹਨਾਂ ਨੇ ਗੱਡੀ ਦੇ ਵਿੱਚ ਇਹ ਮੈਟ ਲਾਉਂਦੇ ਨੇ, ਮੈਟ ਦੇ ਵਿੱਚ ਡੈਡ ਬੋਡੀਜ਼ ਇਕੱਠੀਆਂ ਕਰਕੇ ਬੰਨਦੇ ਨੇ, ਉਹਨਾਂ ਨੂੰ ਬੰਨ ਕੇ ਚੰਗੀ ਤਰ੍ਹਾਂ ਉਹਦੇ 'ਤੇ ਡਿਊਟੋ ਜਾਂ ਪਰਫਿਊਮ ਛਿੜਕ ਕੇ ਤਾਂ ਕਿ ਸਮੈਲ ਨਾ ਆਵੇ। ਦੋਸਤੋ ਇਹ ਆਪਣੇ ਘਰ ਤੋਂ ਕਿੱਥੇ ਤੱਕ ਆ ਕੇ ਯੂਪੀ ਅੱਗੇ ਆ ਕੇ ਮਤਲਬ ਕਿ ਦਿੱਲੀ ਤੋਂ ਯੂਪੀ ਦੇ ਵਿੱਚ ਪਹੁੰਚ ਜਾਂਦੇ ਨੇ ਅਤੇ ਦੋਸਤੋ ਯੂਪੀ ਦੇ ਨਹਿਰ ਦੇ ਵਿੱਚ ਲਿਆ ਕੇ ਸਾਰੀਆਂ ਡੈੱਡ ਬੋਡੀ 'ਚ ਸਿੱਟ ਦਿੰਦੇ ਨੇ। ਹੁਣ ਕੀ ਹੁੰਦਾ ਕਿ ਬਾਕੀ ਡੈੱਡ ਬੋਡੀ ਦਾ ਪਤਾ ਨਹੀਂ ਲੱਗਿਆ ਕਿੱਥੇ ਗਈਆਂ ਕਿੱਥੇ ਨਹੀਂ ਗਈਆਂ ਜਾਂ ਥੱਲੇ ਬਹਿ ਗਈਆਂ। ਲੇਕਿਨ ਦੋਸਤੋ ਜਿਹੜੀ ਇੱਕ ਡੈੱਡ ਬੋਡੀ ਸੀ ਕਿ ਉਹ ਕੁੜੀ ਦੀ ਉਹ ਲੋਕਾਂ ਦੇ ਸਾਹਮਣੇ ਆ ਗਈ, ਪੁਲਿਸ ਦੇ ਸਾਹਮਣੇ ਆ ਗਈ, ਜਿਹਦੇ ਭਰੋਸੇ 'ਤੇ ਪੁਲਿਸ ਨੇ ਜਿਹੜਾ ਆਪਣਾ ਕੇਸ ਸੀਗਾ ਉਹਦੇ ਪਰਿਵਾਰ ਨੇ ਉਹਨੂੰ ਮਾਰੇ ਤਾਂ ਮਾਰ ਕੇ ਸੁੱਟਤਾ ਨਹਿਰ 'ਚ ਔਰ ਸਾਰਾ ਪਰਿਵਾਰ ਨੂੰ ਭਗੌੜਾ ਕਰਾਰ ਦਿੱਤਾ ਸੀਗਾ। ਜਦਕਿ ਦੋਸਤੋ ਜਿਹੜੇ ਕੰਮ ਕਰਨ ਵਾਲੇ ਸੀਗੇ, ਜਿਹੜੇ ਕਾਤਲ ਸੀਗੇ, ਉਹ ਆਪਦਾ ਬਾਹਰ ਫਿਰਦੇ ਸੀ। ਉਸ ਤੋਂ ਬਾਅਦ ਦੋਸਤੋ ਜਿਹੜੇ ਕਾਤਲ ਸੀਗੇ, ਕਾਤਲ ਕਤਲ ਕਰਦੇ ਨੇ ਮਤਲਬ ਕਿ 2016 ਦੇ ਵਿੱਚ, ਔਰ ਦੋਸਤੋ ਇੱਕ ਸਾਲ ਲੰਘਦਾ, ਇੱਕ ਸਾਲ ਦੇ ਵਿੱਚ ਉਹਨਾਂ ਦੇ ਵਿੱਚੋਂ ਜਿਹੜੇ ਕਹੀਏ ਦੋ ਜਿਹੜੇ ਕਾਤਲ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਇੱਕ ਰੋਡ ਐਕਸੀਡੈਂਟ ਦੇ ਵਿੱਚ ਔਰ ਇੱਕ ਕਿਸੇ ਹੋਰ ਵਜ੍ਹਾ ਨਾਲ ਦੋ ਜਣਿਆਂ ਦੀ ਮੌਤ ਹੋ ਜਾਂਦੀ ਹੈ ਦੋਸਤੋ। ਅਤੇ ਦੋ ਜਣੇ ਪੁਲਿਸ ਦੇ ਡਿੱਕੇ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਅਭਿਸ਼ੇਕ ਮੇਨ ਸੀਗਾ ਅਤੇ ਇੱਕ ਰਤੇਸ਼। ਹੁਣ ਦੋਸਤੋ ਇਹਨਾਂ ਦੇ ਵਿੱਚੋਂ ਰਤੇਸ਼ ਜਾਂ ਅਭਿਸ਼ੇਕ ਦੋਹਾਂ 'ਚੋਂ ਇੱਕ ਜਣੇ ਦੀ ਡੈੱਡ ਬੋਡੀ ਜਿਹੜਾ ਹੁੰਦੀ ਹੈ ਡੈੱਥ ਹੁੰਦੀ ਹੈ, ਬਾਕੀ ਦੇ ਜਿਹੜੇ ਨੇ ਮੇਨ ਇੱਕ ਪਾਵਰ ਇੱਕ ਜਿਹਦਾ ਮਤਲਬ ਕਿ ਇਹ ਬੰਦਾ ਉਹ ਪੁਲਿਸ ਦੇ ਹੱਥੇ ਆ ਗਿਆ, ਚੰਗੀ ਤਰ੍ਹਾਂ ਪੁਲਿਸ ਨੇ ਮਨਾ ਲਿਆ। ਲੇਕਿਨ ਦੋਸਤੋ ਜਿਸ ਇਨਸਾਨ ਦੇ ਉੱਤੇ ਕਹੀਏ ਇਹ ਪਈ ਹੈ, ਬਿਪਤਾ ਪਈ ਹੈ, ਜਿਹਦਾ ਘਰ ਉਜਾੜ ਕੇ ਜਿਹਨਾਂ ਨੂੰ ਬਿਲਕੁਲ ਹੀ ਖਤਮ ਕਰਤਾ ਘਰ ਨੂੰ, ਔਰ ਦੋਸਤੋ ਕਿੰਨੇ ਸਾਲ ਪਤਾ ਨਹੀਂ ਲੱਗਣ ਦਿੱਤਾ, ਕਿਹਨੂੰ ਕਵਾਂਗੇ ਜਾਂ ਪੁਲਿਸ ਦੀ ਨਾਕਾਮੀ ਕਵਾਂਗੇ ਜਾਂ ਕੀ ਕਰਾਂਗੇ। ਲੇਕਿਨ ਦੋਸਤੋ ਪੁਲਿਸ ਦੀ ਹੁਣ ਵੀ ਸਾਵਾ ਸਹੀ ਸੀਗੀ, ਜਿਸ ਪੁਲਿਸ ਨੇ ਫਾਇੰਡ ਕਰਕੇ ਉਸ ਕੇਸ ਨੂੰ ਕਲੋਜ਼ ਕੀਤਾ ਅਤੇ ਜਿਹੜੀਆਂ ਤਿੰਨ ਬੋਡੀਜ਼ ਨੇ ਹਜੇ ਤੱਕ ਨਹੀਂ ਮਿਲੀਆਂ ਹੈਗੀਆਂ। ਲੇਕਿਨ ਦੋਸਤੋ ਉਹਨਾਂ ਨੇ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ ਕਿ ਅਸੀਂ ਸਾਰੀ ਫੈਮਿਲੀ ਨੂੰ ਗਲ ਘੁੱਟ ਕੇ ਮਾਰੇ ਆ। ਅਤੇ ਦੋਸਤੋ ਇਹ ਕਹਾਣੀ ਸੀਗੀ ਵੇਦ ਪ੍ਰਕਾਸ਼ ਦੇ ਕਹੀਏ ਤਾਂ ਫੈਮਿਲੀ ਮਰਡਰ ਕੇਸ ਸੀ, ਜਿਹਨਾਂ ਨੂੰ ਇੱਕ ਭਰੋਸੇਮੰਦ ਘਰ ਰੋਟੀ ਖਵਾਉਣ ਵਾਲੇ ਉਸ ਇਨਸਾਨ ਨੇ ਮਾਰਤਾ, ਜਿਹੜਾ 8-10 ਸਾਲ ਤੋਂ ਉਹਨਾਂ ਦੇ ਘਰ ਚੰਗੀ ਤਰ੍ਹਾਂ ਆਉਣਾ ਜਾਣਾ ਸੀ, ਉਹਨਾਂ ਦੇ ਬੱਚਿਆਂ ਦੇ ਵਿੱਚ ਉੱਠਣਾ ਬੈਠਣਾ ਸੀਗਾ, ਉਸ ਇਨਸਾਨ ਨੇ ਉਹਨਾਂ ਨੂੰ ਗਲ ਘੁੱਟ ਕੇ ਸਿਰਫ ਪੈਸੇ ਕਰਕੇ ਮਾਰਤਾ। ਸੋ ਦੋਸਤੋ